ਤਸਵੀਰਾਂ 'ਚ ਪੁਲਿਸ ਨਾਲ ਹੱਥੋਂ ਪਾਈ ਹੋ ਰਹੇ ਵਿਅਕਤੀਆਂ ਦੀਆਂ ਇਹ ਤਸਵੀਰਾਂ ਗੁਰਦਾਸਪੁਰ ਦੇ ਧਾਰੀਵਾਲ ਦੀਆਂ ਨੇ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕੁਝ ਵਿਅਕਤੀ ਕਿਸ ਤਰ੍ਹਾਂ ਪੁਲਿਸ ਵਾਲਿਆਂ 'ਤੇ ਹਾਵੀ ਹੋ ਰਹੇ ਨੇ। ਦੇਖਦੇ ਹੀ ਦੇਖਦੇ ਵਿਅਕਤੀ ਪੁਲਿਸ ਵਾਲਿਆਂ 'ਤੇ ਇੰਨੇ ਭਾਰੀ ਪੈ ਗਏ ਕਿ ਇੱਕ ਵਿਅਕਤੀ ਨੇ ਤਾਂ ਪੁਲਿਸ ਦੇ ਬਜ਼ੁਰਗ ਸਬ ਇੰਸਪੈਕਟਰ ਦੀ ਪੱਗ ਤੱਕ ਉਤਾਰ ਦਿੱਤੀ, ਜਿਸ ਤੋਂ ਬਾਅਦ ਮਾਹੌਲ ਹੋਰ ਵੀ ਗਰਮਾ ਗਿਆ ਅਤੇ ਪੁਲਿਸ ਅਤੇ ਇਹਨਾਂ ਵਿਅਕਤੀਆਂ ਦੇ ਵਿਚਕਾਰ ਹੱਥੋਂ ਪਾਈ ਹੋ ਗਈ। ਜਾਣਕਾਰੀ ਦਿੰਦੇ ਹੋਏ SP ਹਰਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਇਹ ਵਿਅਕਤੀ ਅਕਾਲੀ ਅਤੇ ਭਾਜਪਾ ਗਠਜੋੜਦੇ ਸੀ ਅਤੇ ਇਹਨਾਂ ਨੇ SI ਬਲਵਿੰਦਰ ਸਿੰਘ ਦੀ ਵਰਦੀ ਪਾੜ ਅਤੇ ਪਗੜੀ ਉਤਾਰ ਦਿੱਤੀ, ਜਿਸ ਤੋਂ ਬਾਅਦ ਇਹਨਾਂ 'ਤੇ ਮਾਮਲਾ ਦਰਜ ਕੀਤਾ ਗਿਆ। ਜਿਮਨੀ ਚੋਣ ਸੀ ਇੱਕ ਬੂਥ ਦੀ, ਤਾਂ ਉੱਥੇ ਇਹ ਡਿਊਟੀ 'ਤੇ ਤੈਨਾਤ ਸੀ ਫੋਰਸ, ਅਤੇ ASA ਬਲਵਿੰਦਰ ਸਿੰਘ ਇੱਥੋਂ ਫੋਰਸ ਲੈ ਕੇ ਲਾਈਨ ਦੇ ਵਿੱਚੋਂ ਗਿਆ ਸੀ ਸਾਡਾ। ਜਦੋਂ ਵੋਟਾਂ ਸ਼ਾਮ ਨੂੰ ਖਤਮ ਹੋਣ ਤੋਂ ਬਾਅਦ ਜਿਹੜਾ ਰਿਟਰਨਿੰਗ ਅਫਸਰ ਹੈ ਉਹਨੇ ਉਹਦਾ ਗਿਣਤੀ ਕਰਕੇ ਅਤੇ ਉਹਨੇ ਕਿਹਾ ਵੀ ਜਿਹੜਾ ਰਿਜ਼ਲਟ ਦਾ ਜਿਹੜਾ ਤੁਹਾਨੂੰ ਸਰਟੀਫਿਕੇਟ ਹੈ ਉਹ ਉੱਥੇ ਦਿੱਤਾ ਜਾਵੇਗਾ, ਜਾ ਕੇ DC ਆਫਿਸ ਗੁਰਦਾਸਪੁਰ। ਤਾਂ ਉਹ ਆਪਣੇ ਲੈ ਕੇ ਮਸ਼ੀਨਾਂ ਜਦੋਂ ਉੱਥੋਂ ਗਏ ਤਾਂ ਇਹ ਜਿਹੜੇ ਅਕਾਲੀ ਅਤੇ BJP ਪਾਰਟੀ ਦੇ ਕੁਛ ਵਰਕਰ ਸੀਗੇ ਇਹ ਉਹਦੀ ਮੁਜ਼ਾਮਤ ਕਰਦੇ ਹੋਏ ਸਕੂਲ ਦੇ ਉੱਥੇ ਜਿਹੜਾ ਪੋਲਿੰਗ ਬੂਥ ਹੈ ਉਹਦੇ ਅੰਦਰ ਐਂਟਰ ਕਰ ਗਏ ਅਤੇ ਇਹਨਾਂ ਨੇ ਸਾਡੇ ਜਿਹੜਾ ASI ਹੈ ਉਹਦੇ ਹੱਥੋਂ ਪਾਈ ਹੋ ਕੇ ਉਹਦੀ ਪਗੜੀ ਲਾਤੀ ਅਤੇ ਉਹਦੀ ਵਰਦੀ ਨੂੰ ਪਏ, ਤੋ ਜਿਸ 'ਤੇ ਉਹਦੇ ਬਿਆਨਾਂ 'ਤੇ ਇਹ ਪਰਚਾ ਜਿਹੜਾ FIR ਨੰਬਰ 59 ਨੋਟ ਨੰਬਰ ਅੰਡਰ ਸੈਕਸ਼ਨ 353 186 295 149 152 IPC ਇਹ ਥਾਣਾ ਧਾਰੀਵਾਲ ਦਰਜ ਕੀਤਾ ਗਿਆ। ਇਹਦੇ 'ਚ 5-6 ਬੰਦੇ ਬਾਈ ਨੇਮ ਨੇ, ਕੁਛ ਬੰਦੇ ਅਤੇ ਬਾਕੀ ਕੁਛ ਅਣਪਛਾਤਿਆਂ ਦੇ ਉੱਤੇ ਹੈਗਾ ਜੀ। ਦੱਸ ਦਈਏ ਕਿ ਬੀਤੇ ਦਿਨੀ ਗੁਰਦਾਸਪੁਰ ਦੇ ਕਸਬਾ ਧਾਰੀਵਾਲ 'ਚ ਵਾਰਡ ਨੰਬਰ 2 ਦੇ ਨਗਰ ਕੌਂਸਲ ਦੇ ਉਪ ਚੁਣਾਵ ਸੀ, ਜਿੱਥੇ ਅਕਾਲੀ ਦਲ ਅਤੇ ਪੁਲਿਸ ਪ੍ਰਸ਼ਾਸਨ ਦੇ ਵਿਚਕਾਰ ਇਹ ਹੱਥੋਂ ਪਾਈ ਹੋ ਗਈ।